ਪੰਜਾਬ ਵਾਚਦਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤਾਂ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਜਾਨੋ ਭਾਰਤ ਵਿੱਚ ਕਦੋਂ ਸ਼ੁਰੂ ਹੋਵੇਗੀ 5G ਸਰਵਿਸ ਇਹਨਾਂ 13 ਤਾਮਤ ਹੋਵੇਗੀ ਸ਼ੁਰੂਆਤ ਕੀਮਤ ਹੋਵੇਗੀ ਬੇਹਦ ਘੱਟ ਯਾਹ ਦੋਸਤੋ 5G ਸਪੈਕਟ੍ਰਮ ਨਿਲਾਮੀ ਦੀ ਪ੍ਰਕਿਰਿਆ ਖਤਮ ਹੋ ਗਿਆ ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਇਹ ਹਟਦਾ ਹੈ ਕਿ 5G ਸੇਵਾ ਕਦੋਂ ਵਰਤੋਂ ਲਈ ਮੁਹੱਈਆ ਹੋਵੇਗੀ ਤੇ ਦੂਰ ਸੰਚਾਰ ਮੰਤਰੀ ਅਸ਼ਬਨੀ ਵੈਸ਼ਨਮ ਨੇ ਨਿਲਾਮੀ ਪ੍ਰਕਿਰਿਆ ਤੋਂ ਬਾਅਦ ਐਸਾ ਸਵਾਲ ਦਾ ਜਵਾਬ ਦਿੰਦਿਆ ਕਿ ਸਪੈਕਟ੍ਰਮ ਵੰਡ ਦਾ ਕੰਮ ਅਗਲੇ 10 ਦਿਨਾਂ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ ਇਸ ਤੋਂ ਬਾਅਦ ਅਕਤੂਬਰ ਤੋਂ ਦੇਸ਼ ਦੇ ਵਿੱਚ 5G ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਅਗਲੇ 2 ਤੋਂ 3 ਸਾਲਾਂ ਦੇ ਵਿੱਚ ਦੇਸ਼ ਭਰ ਦੇ ਵਿੱਚ 5G ਸੇਵਾ ਦਾ ਮਹੱਤਵਪੂਰਨ ਵਿਸਤਾਰ ਹੋਵੇਗਾ ਤੇ ਉਨ੍ਹਾਂ ਨੇ ਕਿਹਾ ਕਿ ਹੁਣ ਕੰਪਨੀਆਂ ਦੇ ਕੋਲ ਸਪੈਕਟ੍ਰਮ ਦੀ ਕੋਈ ਕਮੀ ਨਹੀਂ ਰਹੇਗੀ ਤੇ ਜਿਹਦੇ ਨਾਲ ਸੇਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੋਵੇਗਾ ਤੇ ਦੂਰ ਸੰਚਾਰ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਸਭ ਤੋਂ ਪਹਿਲਾਂ 13 ਸ਼ਹਿਰਾਂ ਦੇ ਵਿੱਚ 5G ਸੇਵਾ ਸ਼ੁਰੂ ਕੀਤੀ ਜਾਵੇਗੀ ਤੇ ਜਿਨ੍ਹਾਂ ਦੇ ਸ਼ਹਿਰਾਂ ਵਿੱਚ ਲੋਕਾਂ ਨੂੰ ਪਹਿਲਾ 5G ਕਨੈਕਟੀਵਿਟੀ ਮਿਲੇਗੀ ਉਹਨਾਂ ਦੇ ਵਿੱਚ ਅਹਮਦਾਬਾਦ ਬੈਂਗਲੁਰੂ ਚੰਡੀਗੜ੍ਹ ਚਨਈ ਦਿੱਲੀ ਗਾਂਧੀਨਗਰ ਗੁਰੂਗਰਾਮ ਹైదరాబాద్ ਜਮਨਨਗਰ ਕੋਲਕਾਤਾ ਲਖਨਊ ਮੁੰਬਈਆ ਤੇ ਪੂਨੇ ਸ਼ਾਮਲ ਹਨ ਭਾਰਤ ਦੇ ਨਾਮ ਇੱਕ ਹੋਰ 골ਡ ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਸਿੰਗਾਪੁਰ ਨੂੰ 3-1 ਦੇ ਨਾਲ ਦਿੱਤੀ ਮਾਤਤਾ ਦੋਸਤੋ ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਐਤਵਾਰ ਨੂੰ ਪ੍ਰਮੰਗਮ ਦੇ ਵਿੱਚ 2022 ਰਾਸ਼ਟਰੀ ਮੰਡਲ ਖੇਡਾਂ ਦੇ ਫਾਈਨਲ ਦੇ ਮੈਚ ਸਿੰਗਾਪੁਰ ਨੂੰ 3-1 ਦੇ ਨਾਲ ਹਰਾ ਕੇ ਆਪਣੇ ਤਾਜ ਦਾ ਬਚਾ ਕੀਤਾ ਤੇ ਭਾਰਤ ਦੇ ਲਈ ਡਬਲ ਜਬੈਚ ਸਾਤਿਆਨ ਗਿਆਨ ਸੇ ਕਰਨ ਅਤੇ ਹਰਮੀਤ ਦੇਸਾਈ ਨੇ ਯੋਂਗ ਯਾਕ ਕਵੇਕ ਅਤੇ ਯੂਐਨਏ ਕੋਇਨ ਪੈਂਗ ਨੂੰ ਹਰਾਇਆ ਤੇ ਪੁਰਸ਼ ਸਿੰਗਲਸ ਦੇ ਮੈਚ ਦੇ ਵਿੱਚ ਹਰਜੀਤ ਦੇਸਾਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕੀਤਾ ਆਰਟੀਆਈ ਵਿੱਚ ਹੋਇਆ ਖੁਲਾਸਾ ਕਰਜ਼ਾ ਮੁਕਤ ਦੀਆਂ ਗੱਲਾਂ ਕਰਨ ਲਈ ਆਪ ਸਰਕਾਰ ਨੇ 2 ਮਹੀਨਿਆਂ ਦੇ ਵਿੱਚ ਲਿਆ 7000 ਕਰੋੜ ਦਾ ਕਰਜ਼ਾ ਜੀਹਾਂ ਦੋਸਤੋ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀਆਂ ਗੱਲਾਂ ਕਰ ਤੇ ਆਮਦਨ ਦੇ ਲਈ ਸਰੋਤ ਪੈਦਾ ਕਰਨ ਰੰਗਲਾ ਪੰਜਾਬ ਸਰਜਨ ਦਾ ਹੁੱਕਾ ਦੇ ਬਦਲਾ ਦੇ ਤਹਿਤ ਸੱਤਰ ਵਿੱਚ ਆਈ ਆਮਰਮੀ ਪਾਰਟੀ ਸਰਕਾਰ ਦੇ ਵੱਲੋਂ ਆਪਣੇ ਖਰਚੇ ਚਲਾਉਣ ਦੇ ਲਈ ਰਿਜ਼ਰਵ ਬੈਂਕ ਆਫ ਇੰਡੀਆ ਤੋਂ 2 ਮਹੀਨਿਆਂ ਦੇ ਅੰਤਰਾਲ ਦੇ ਦੌਰਾਨ 7000 ਕਰੋੜ ਦਾ ਕਰਜ਼ਾ ਲਿਆ ਗਿਆ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਤੇ ਕਰਜ਼ੇ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ ਤੇ ਅਨੁਮਾਨ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ 2.80 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਜੱਸਵੰਦੀ ਸਰਕਾਰ ਨੇ ਵਾਈਟ ਪੇਪਰ ਵੀ ਜਾਰੀ ਕੀਤਾ ਤੇ ਸੂਬੇ ਦੇ ਬੈਚ 16 ਮਾਰਚ 2022 ਨੂੰ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ। ਇਸ ਦੇ ਜਸ ਤੋਂ ਬਾਅਦ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਨੂੰ ਕਰਜ਼ਾ ਮੁਕਤ ਬਣਾਇਆ ਜਾਵੇਗਾ ਪਰ 2 ਮਹੀਨਿਆਂ ਦੇ ਅੰਦਰ ਹੀ 7000 ਕਰੋੜ ਦਾ ਕਰਜ਼ਾ ਲੈਣਾ ਬੜੀ ਹੈਰਾਨੀ ਦੀ ਗੱਲ ਹੈ। ਸਾਬਕਾ ਮੁੱਖ ਮੰਤਰੀ ਚੰਨੀ ਦੀ ਪਰਜਾਈ ਦਾ ਐਸਐਮਓ ਅਹੁਦੇ ਤੋਂ ਅਸਤੀਫਾ ਸਿਹਤ ਮੰਤਰੀ ਦੇ ਛਾਪੇ ਦੀ ਮਗਰੂ ਹੋਈ ਸੀ ਬਦਲੇ ਜੀ ਹਾਂ ਦੋਸਤੋ ਸਿਹਤ ਵਿਭਾਗ ਦੇ ਵੱਲੋਂ ਖਾੜਦੀ ਐਸਐਮਓ ਡਾਕਟਰ ਮਨਿੰਦਰ ਕੌਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪਰਜਾਈ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਨੇ ਨੌਕਰੀ ਛੱਡਣ ਦਾ ਨੋਟਿਸ ਦੇ ਦਿੱਤਾ ਅਤੇ ਜਾਣਕਾਰ ਦੇ ਮੁਤਾਬਕ ਬੀਤੇ ਦਿਨੀ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵਿਧਾਇਕ ਅਨਮੋਲ ਅਗਗਣ ਮਾਨ ਦੇ ਨਾਲ ਸਿਵਲ ਹਸਪਤਾਲ ਖੜ ਦਾ ਅਚਨਚੇਤ ਦੌਰਾ ਕੀਤਾ ਸੀ ਇਹ ਦੌਰਾਨ ਕੁਝ ਸਮੱਸਿਆਵਾਂ ਦੇ ਚੱਲਦਿਆਂ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਦੀ ਆਲੋਚਨਾ ਕੀਤੀ ਤੇ ਮੰਤਰੀ ਦੇ ਦੌਰੇ ਦੇ ਦੋ ਦਿਨਾਂ ਤੋਂ ਬਾਅਦ ਹੀ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਧਨੋਲਾ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਨੌਕਰੀ ਤੋਂ ਸਹਿਬੇ ਇਸ਼ਤ ਸੇਵਾ ਮੁਕਤੀ ਮੰਗ ਕੀਤੀ ਬੈਂਕਾਂ ਪੀਓਦਾਂ 6000 ਤੋਂ ਬਾਅਦ ਅਹੁਦਿਆਂ ਤੇ ਨਿਕਲੀਆਂ ਭਾਰਤਾਂ ਅੱਜ ਤੋਂ ਕਰੋ ਅਪਲਾਈ ਜਾਣੋ ਡਿਟੇਲ ਆ ਤਾਂ ਦੋਸਤੋ ਬੈਂਕ ਦੇ ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੇ ਲਈ ਵੱਡੀ ਖਬਰ ਹੈ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਨੇ ਪੀਓ ਭਰਤੀ ਦੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਉਮੀਦਵਾਰ IBPS.in ਦੀ ਵੈਬਸਾਈਟ ਤੇ ਜਾ ਕੇ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਤੇ IBPS ਨੇ ਬੈਂਕਾਂ ਪੀਓ ਦੀਆਂ ਅਸਾਮੀਆਂ ਦੇ ਲਈ ਬੰਪਰ ਅਸਾਮੀਆਂ ਜਾਰੀ ਕੀਤੀਆਂ ਹਨ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਪ੍ਰੋਫੈਸ਼ਨਰੀ ਅਫਸਰ ਅਤੇ ਮਾਪ ਟ੍ਰੇਨਿੰਗਾਂ 6000 ਤੋਂ ਵੱਧ ਅਸਾਮੀਆਂ ਦੇ ਲਈ ਭਰਤੀ ਕੀਤੀ ਗਈ ਹੈ ਤੇ ਇਹਨਾਂ ਅਸਾਮੀਆਂ ਦੇ ਲਈ ਅਰਜੀ ਦੀ ਪ੍ਰਕਿਰਿਆ 2 ਅਗਸਤ ਤੋ ਸ਼ੁਰੂ ਹੋ ਜਾਵੇ ਕਿ ਤੇ ਦਰਚਾਸਪੀ ਰੱਖਣ ਵਾਲੇ ਤੇ ਯੋਗ ਅਮਿਲਬਾਰ ਅਧਿਕਾਰਤ ਵੈਬਸਾਈਟ ibps.in ਤੇ ਜਾ ਕੇ ਆਨਲਾਈਨ ਅਰਜੀ ਦੇ ਸਕਦੇ ਹਨ ਤੇ ਇਨਾਂ ਅਸਾਮੀਆਂ ਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 22 ਅਗਸਤ 2022 ਹੈ ਕਰੋ ਨਿਕਲਣ ਤੋਂ ਪਹਿਲਾਂ ਪੜ ਲਵੋ ਇਹ ਖਬਰ ਜਲੰਧਰ ਸਣ ਇਹਨਾਂ ਥਾਂ ਮਤੇ ਅੱਜ ਕਿਸਾਨ ਸੜਕਾਂ ਤੇ ਕਰਨਗੇ ਜਾਮ ਜੀਹਾਂ ਦੋਸਤੋ ਜਲੰਧਰ ਸਣੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਲੋਕਾਂ ਨੂੰ ਸੜਕਾਂ ਦਾ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਅੱਜ ਦੁਆਬਾ ਮਾਝਾ ਤੇ ਮਾਲਵਾ ਦੇ ਤਿੰਨੋਂ ਖੇਤਰਾਂ ਵਿੱਚ ਕਿਸਾਨ ਧਰਨੇ ਦੇ ਕੇ ਸੜਕਾਂ ਜਾਮ ਕਰਨ ਜਾ ਰਹੇ ਹਨ ਤੇ ਗन्ने ਦੇ ਰੇਟ ਅਤੇ ਖੰਡ ਮਿੱਲਾਂ ਤੋਂ ਪਿਛਲੇ ਬਕਾਇਆ ਨਾ ਮਿਲਣ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ ਤੇ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਦੇ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਸੂਹਾ 슈ਗਰ ਮਿੱਲ ਦੇ ਨੇੜੇ ਗੁਰਦਾਸਪੁਰ ਵਿੱਚ ਧਾਰੀਬਾਰ ਚੌਂਕ ਜਾਂ ਬਾਈਪਾਸ ਸਰਹੰਦ ਵਿੱਚ ਪੁਲਿਸ ਸਟੇਸ਼ਨ ਨੇੜੇ ਅਤੇ ਤੱਪਾ ਮੰਡੀ ਬਲੂਆਣਾ ਤੇ ਫੋਈਪੁਰ ਵਿੱਚ ਸ਼੍ਰੀ ਗੰਗਾ ਨਗਰ ਬਟਿੰਡਾ ਰੋਡ ਤੇ ਧੰਨ ਦਿੱਤੇ ਜਾਣਗੇ ਪੰਜਾਬ ਸਰਕਾਰ ਦੇ ਵੱਡੇ ਉਪਲਬਧ ਦੇ ਪੀਐਸਾ ਪੀਸੀਲ ਨੇ ਰਿਕਾਰਡ 14207 ਮੀਗਾਵਾਟ ਬਿਜਲੀ ਸਪਲਾਈ ਕੀਤੀ ਤਾਂ ਦੋਸਤੋ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਬਾਅਦ ਦੇ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਲਵਾਈ ਦੇ ਲਈ ਨਰਬੇਗਣ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਤੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਪਰਜਨ ਸਿੰਘ ਐਟਿਓ ਨੇ ਦੱਸਿਆ ਹੈ ਕਿ ਸੂਬੇ ਦੇ ਸਾਰੇ ਖੇਤਾਂ ਦੇ ਟਿਊਬਲਰ ਕਨੈਕਸ਼ਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਉਨਾ ਦੱਸਿਆ ਕਿ ਸੁਭਾ ਸਰਕਾਰ ਨੇ 23 ਮਈ 2022 ਨੂੰ 10 ਜੂਨ 2022 ਤੋਂ ਸਵੇਰ ਭਰ ਦੇ ਸਾਰੇ ਏਪੀ ਟਿਊਬਲੈਕ ਕਨੈਕਸ਼ਨਾਂ ਨੂੰ ਰੋਜ਼ਾਨਾ 8 ਘੰਟੇ ਲਈ ਸਪਲਾਈ ਦੇਣ ਦੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹਿੱਤੇ ਮਾਰਚ ਤੋਂ ਜੁਲਾਈ 2022 ਦੇ ਗਰਮੀ ਦੇ ਸੀਜ਼ਨ ਦੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 29 ਜੂਨ 2022 ਨੂੰ 14207 ਮੀਗਾਵਾਟ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕਰਕੇ ਰਿਕਾਰਡ ਕਾਇਮ ਕੀਤਾ ਜੋ ਕਿ ਪਿਛਲੇ ਸਾਲ 1 ਜੁਲਾਈ 2021 ਨੂੰ 13431 ਮੀਗਾਵਾਟ ਬਿਜਲੀ ਦੀ ਸਭ ਤੋਂ ਵੱਡੀ ਮੰਗ ਦੇ ਮੁਕਾਬਲੇ ਵਿੱਚ 5.78% ਵੱਧ ਹੈ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਨਹੀਂ ਮਾਰ ਸਕਣਗੇ ਬੈਂਕ ਮੋਬਾਈਲ ਐਪ ਦੇ ਨਾਲ ਲੱਗੀ ਗਈ ਹਾਜ਼ਰੀ ਤਾਂ ਦੋਸਤੋ ਚੰਡੀਗੜ੍ਹ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਕਲਾਸ ਬੈਂਕ ਨਹੀਂ ਕਰ ਸਕਣਗੇ ਬੈਂਕ ਦੀ ਜਾਣਕਾਰੀ ਸਵੇਰੇ ਹਾਜ਼ਰੀ ਦੇ ਸਮੇਂ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਲ-ਨਾਲ ਮਾਪਿਆਂ ਦੇ ਰਜਿਸਟਰਡ ਮੋਬਾਈਲ ਨੰਬਰ ਤੇ ਪਹੁੰਚ ਜਾਵੇਗੀ ਤੇ ਜਿਸ ਦੇ ਨਾਲ ਜਿੱਥੇ ਬਿਨਾਂ ਕਾਰਨ ਦੱਸੇ ਕਲਾਸ ਤੋਂ ਗੈਰਹਾਜ਼ਰ ਰਹਿਣ ਵਾਲੇ ਬੱਚਿਆਂ ਤੇ ਲਗਾਮ ਲੱਗੇਗੀ ਤੇ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਡੰਮੀ ਕਲਾਸਾਂ ਤੇ ਵੀ ਕੰਟਰੋਲ ਹੋਵੇਗਾ ਬੱਚੇ ਮਹੀਨੇ ਵਿੱਚ 12 ਦਿਨ ਤੋਂ ਜ਼ਿਆਦਾ ਡੰਮੀ ਜਾਂ ਹੋਰ ਕਾਰਨ ਤੋਂ ਸਕੂਲ ਐਬੰਕ ਕਰਦਾ ਤਾਂ ਸਕੂਲ ਤੋਂ ਛੁੱਟੀ ਤੈਅ ਹੋਵੇਗੀ ਤੇ ਆਨਲਾਈਨ ਹਾਇਰੀ ਦੀ ਸਹੂਲਤ ਸਕੂਲਾਂ ਦੇ ਵਿੱਚ 1 ਅਗਸਤ ਤੋਂ ਸ਼ੁਰੂ ਹੋ ਗਈ ਹੈ ਤੇ ਬਕਬਕ ਸਵੇਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਡੰਮੀ ਐਡਮਿਸ਼ਨ ਲੈ ਕੇ ਨਿੱਜੀ ਕੋਚਿੰਗ ਦਾ ਇੰਸਟੀਚੂਟ ਤੋਂ ਤਿਆਰੀ ਕਰਦੇ ਹਨ ਤੇ ਡੰਮੀ ਕਲਾਸ ਦੇ ਨਾਲ ਕੋਚਿੰਗ ਲੈਣ ਵਾਲਿਆਂ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਸ਼ਹਿਰ ਦੇ ਬੱਚੇ ਦਾਖਲੇ ਤੋਂ ਬਾਂਝੇ ਰਹਿ ਜਾਂਦੇ ਹਨ ਤੇ ਇਸ ਤੋਂ ਬਚਣ ਦੇ ਲਈ ਵਿਭਾਗ ਨੇ ਆਨਲਾਈਨ ਐਪ ਅਦੇ ਰਾਹੀਂ ਹਾਜ਼ਰੀ ਲਗਾਉਣ ਦੇ ਲਈ ਐਪ ਅਡਾਪਟ ਕੀਤਾ ਹੈ ਤੇ ਕਰੋਨਾ ਦੇ ਕੇਸ ਇੱਕ ਵਾਰ ਫਿਰ ਤੋਂ ਵਧ ਲੱਗਣ ਤੇ ਅਧਿਆਪਕ ਤੇ ਬੱਚੇ ਪੋਜ਼ਿਟਿਵ ਆ ਰਹੇ ਹਾਂ ਤੇ ਪਰ ਫਿਰ ਵੀ ਸਕੂਲ ਸਿੱਖਿਆ ਵਿਭਾਗ ਸਕੂਲਾਂ ਨੂੰ ਬਾਇਓਮੈਟ੍ਰਿਕ ਹਾਜ਼ਰੀ ਫਿਰ ਤੋਂ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ ਡੇਰਾ ਮੁਕੀ ਨੇ ਇੱਕ ਵਿਅਕਤੀ ਤੇ ਚਲਾਈ ਗੋਲੀ ਪੁਲਿਸ ਨੇ ਹਥਿਆਰ ਸਨੇ ਕੀਤਾ ਗ੍ਰਿਫਤਾਰ ਜੀਹਾਂ ਦੋਸਤੋ ਜ਼ਿਲ੍ਹਾ ਸੰਗਰੂਰ ਤੋਂ ਵੱਡੀ ਖਬਰ ਸਾਹਮਣੇ ਹੈ ਜਿੱਥੇ ਡੇਰਾ ਮੁਕੀ ਦੇ ਬਲੂ ਇੱਕ ਨੌਜਵਾਨ ਤੇ ਗੋਲੀ ਚਲਾਈ ਗਈ ਤੇ ਜਿਸ ਦੇ ਨਾਲ ਨੌਜਵਾਨ ਗੰਭੀਰੂ ਬੱਚ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਾਰਤੀ ਕਰਵਾਇਆ ਗਿਆ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਦੇ ਵਿੱਚ ਮਾਮੂਲੀ ਝਗੜੇ ਦੇ ਕਾਰਨ ਡੇਰੇ ਦੇ ਮਹੰਤ ਦੇ ਬਲੂ ਇੱਕ ਨੌਜਵਾਨ ਤੇ ਗੋਲੀ ਚਲਾ ਦਿੱਤੀ ਪੰਡਾ ਹਰੀਗੜ੍ਹ ਦੇ ਭਗਵਾਨਪੁਰਾ ਡੇਰਾ ਦੇ ਵਿਖੇ ਦੋ ਧਿਰਾਂ ਦੇ ਵਿੱਚ ਆਪਸ ਵਿੱਚ ਆਮਣੋ-ਸਾਹਮਣੇ ਹੋ ਗਏ ਅਤੇ ਇਸ ਬਿਵਾਦ ਦੇ ਦੌਰਾਨ ਬਦਨ ਤੋਂ ਬਾਅਦ ਡੇਰਾ ਮੁਕੀ ਨੇ ਗੋਲੀ ਚਲਾ ਦਿੱਤੀ ਅਤੇ ਨੌਂ ਬਣ ਜ਼ਖਮੀ ਹੋ ਗਿਆ ਅਤੇ ਜੋ ਕਿ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੇ ਨਾਲ ਸੰਘਰਸ਼ ਕਰ ਰਿਹਾ ਹੈ ਮਹਿੰਗਾਈ ਦਾ ਝਟਕਾ ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਪੈਟਰੋਲ ਤੋਂ ਮਹਿੰਗੀ ਹੋਈ ਸੀਐਨਜੀ ਜੀ ਆਹ ਦੋਸਤੋ ਮਹਿੰਗਾਈ ਘਟ ਹੁੰਦਾ ਇੰਤਜ਼ਾਰ ਕਰ ਰਹੇ ਮੁੰਬਈ ਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਮੁੰਬਈ ਦੇ ਵਿੱਚ ਇੱਕ ਵਾਰ ਫਿਰ ਕੈਗ ਰੇਟ ਵਧਾ ਦਿੱਤਾ ਗਿਆ ਹੈ ਮੁੰਬਈ ਦੇ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤੇ ਸੀਐਨਜੀ ਕੀਮਤ ਵਿੱਚ 8 ਰੁਪਏ ਪ੍ਰਤੀ ਕਿਲੋ ਅਤੇ ਪੀਐਨਜੀ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਸੀਐਮ ਦਾ ਵਾਧਾ ਹੋਇਆ ਤੇ ਮੁੰਬਈ ਦੇ ਵਿੱਚ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਸੀਐਨਜੀ 86 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਗੈਸ 552 ਰੁਪਏ 50 ਪੈਸੇ ਪ੍ਰਤੀ ਸੀਐਮ ਮਹਾਨਗਰ ਗੈਸ ਲਿਮਟਿਡ ਨੇ ਰੇਟ ਬਦੌਂਦਾ ਐਲਾਨ ਕੀਤਾ ਹੈ ਹੋਇਆ ਸਸਤਾ ਖਾਣ ਵਾਲਾ ਤੇਲ ਆ ਸੋਇਆ ਬੀਨਾਂ ਸਰਸੂਨ ਦੀਆਂ ਕੀਮਤਾਂ ਜੀहां ਦੋਸਤੋ ਗਲੋਬਲ ਬਾਜ਼ਾਰ ਦੇ ਵਿੱਚ ਗਰਾਵਟ ਦੇ ਵਿਚਕਾਰ ਅੱਜ ਘਰੇਲੂ ਬਾਜ਼ਾਰ ਦੇ ਵਿੱਚ ਮੂੰਗਫਲੀ ਦੇ ਤੇਲ ਨੂੰ ਛੱਡ ਕੇ ਬਾਕੀ ਸਾਰੇ ਤੇਲ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਤੇ ਵਪਾਰੀਆਂ ਨੇ ਕਹਿ ਕੇ ਸ਼ਿਕਾਗੋ ਐਕਸਚੇਂਜ ਤੇ ਲਗਭਗ 2 ਫੀਸਦੀ ਅਤੇ ਮਲੇਸ਼ੀਆ ਐਕਸਚੇਂਜ ਲਗਭਗ 5 ਫੀਸਦੀ ਹੀਟਾ ਸੀ ਸੂਤ੍ਰਾਂ ਦੱਸਿਆ ਕਿ ਮੌਜੂਦਾ ਤੇਲ ਕਾਰੋਬਾਰ ਦੀ ਗਲੋਬਲ ਮੰਦੀ ਦੇ ਕਾਰਨ ਦੇਖਦੇ ਖਾਨ ਵਾਲੇ ਤੇਲ ਉਦਯੋਗ ਦਾ ਹਰ ਹਿੱਸੇਦਾਰ ਬੁਰੀ ਤਰ੍ਹਾਂ ਪਰੇਸ਼ਾਨ ਅਤੇ ਧਰਾਮਦ ਕਰਨ ਦੀ ਹਾਲਤ ਬਹੁਤ ਖਰਾਬ ਹੈ ਤੇ ਉਹਨਾਂ ਦੇ ਬੈਂਕਾਂ ਦਾ ਕਰਜ਼ਾ ਡੁੱਬਣਾ ਲਗਭਗ ਤੈ ਹੈ ਕਿਉਂਕਿ ਪਾਮੋਲੀਨਾ ਤੇਲ ਦੀ ਹੂਰਾ ਧਰਾਮਦ ਮੌਜੂਦਾ ਕੀਮਤ ਤੋਂ ਲਗਭਗ 20 ਰੁਪਏ ਪ੍ਰਤੀ ਕਿਲੋਗ੍ਰਾਮ ਸਸਤਾ ਹੋ ਜਾਵੇਗੀ ਜਾਣ ਕੇ 1 ਕਿਮਤ ਲਗਭਗ 90 92 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ ਕਿਸਾਨਾਂ ਦੇ ਨਾਲ ਮੱਖ ਮੰਤਰੀ ਦੀ ਮੀਟਿੰਗ ਦਾ ਖਾਤਮਾ ਕਿਸਾਨਾਂ ਦੇ ਖਿਲਾਫ ਸਾਰੇ ਦਰਜ ਕੇਸ ਲਵਾਂਗੇ ਵਾਪਸ ਤਾਂ ਦੋਸਤੋ ਕਿਸਾਨਾਂ ਦੀ ਮੱਖ ਮੰਤਰੀ ਭਗਵੰਤ ਮਾਨ ਦੇ ਨਾਲ 4 ਘੰਟਿਆਂ ਤੋਂ ਵੱਧ ਲੰਬੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਮੱਖ ਮੰਤਰੀ ਵੱਲੋਂ ਲੈ ਗਏ ਹਨ ਤੇ ਮੀਟਿੰਗ ਦੇ ਦੌਰਾਨ ਕਿਸਾਨਾਂ ਨੇ ਕਾਫੀ ਮੰਗਾ ਮੱਖ ਮੰਤਰੀ ਦੇ ਸਾਹਮਣੇ ਰੱਖੀਆਂ ਸਨ ਤੇ ਜਿਨ੍ਹਾਂ ਤੇ ਲੰਬੀ ਚਰਚਾ ਤੋਂ ਬਾਅਦ ਮਾਨ ਨੇ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਨੇ ਜੋ ਵੀ ਮੰਗਾ ਹਨ ਉਹਨਾਂ ਦਾ ਹੱਲ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਹਿ ਕੇ ਕਿਸਾਨਾਂ ਦੇ ਖਿਲਾਫ ਸਾਰੇ ਦਰਜ ਕੇਸ ਵਾਪਸ ਲਵਾਗੇ ਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਇਸ ਤੋਂ ਇਲਾਵਾ 7 ਸਤੰਬਰ ਤੱਕ ਗੰਨੇ ਦਾ ਸਾਰਾ ਬਕਾਇਆ ਖਤਮ ਕੀਤਾ ਜਾਵੇਗਾ ਤੇ ਕਿਸਾਨਾਂ ਦੇ ਬੰਦੇ ਮੁਆਵਜ਼ੇ ਦੀ ਰਕਮ 5 ਅਗਸਤ ਨੂੰ ਦਿੱਤੀ ਜਾਵੇਗੀ ਤੇ ਮੀਟਿੰਗ ਦੌਰਾਨ ਕਿਸਾਨਾਂ ਦੇ ਵੱਲੋਂ ਕਾਲਾ ਦਾ ਧਾਰਨਾ ਨਾ ਦੇਣ ਦਾ ਵੀ ਵਾਅਦਾ ਕੀਤਾ ਹੈ ਕਿਸਾਨਾਂ ਨੂੰ ਮਿਲੇਗਾ ਗੰਨੇ ਦਾ ਨਵਾਂ ਰੇਟ 7 ਸਤੰਬਰ ਤੱਕ ਮਿਲੇਗਾ ਗੰਨੇ ਦਾ ਬਕਾਇਆ ਤਾਂ ਦੋਸਤੋ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੋਂ ਮਗਰੋਂ ਪੰਜਾਬ ਵੈਚਾ ਹੋਣ ਵਾਲਾ ਕਿਸਾਨਾਂ ਦਾ ਚੱਕਾ ਜੰਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਤੇ ਮੁੱਖ ਮੰਤਰੀ ਦੇ ਨਾਲ ਮੈਰਾਥਨ ਮੀਟਿੰਗ ਤੋਂ ਬਾਅਦ ਸਰਕਾਰ ਦੇ ਵੱਲੋਂ ਮਿਲਾਂ ਦੇ ਕੋਲ ਪਏ ਗੰਨੇ ਦੇ ਬਕਾਇਆ ਦਾ ਭੁਗਤਾਨ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਗੰਨੇ ਦੇ ਨਵੇਂ ਰੇਟ ਨੂੰ ਲੈ ਕੇ ਵੀ ਸਮਝੌਤਾ ਹੋਇਆ ਹੈ ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦੇ ਬਕਾਏ ਅਦਾ ਕਰਨ ਦੇ ਲਈ 7 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ ਤੇ ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਾਨ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਸਰਕਾਰ ਦੇ ਵੱਲੋਂ 294.98 ਕਰੋੜ ਦਾ ਬਕਾਇਆ ਤੇ ਅਸੀਂ 100 ਕਰੋੜ ਰੁਪਏ ਦਿੱਤੇ ਹਨ ਤੇ 15 ਅਗਸਤ ਤੋਂ ਪਹਿਲਾਂ 100 ਕਰੋੜ ਰੁਪਏ ਅਦਾ ਕੀਤੇ ਜਾਣਗੇ ਤੇ 7 ਸਤੰਬਰ ਤੱਕ 94.98 ਕਰੋੜ ਰੁਪਏ ਦਿੱਤੇ ਜਾਣਗੇ ਤੇ ਪ੍ਰਾਈਵੇਟ ਮਿਲ ਦੇ 150 ਕਰੋੜ ਦੇ ਬਕਾਏ ਖੜੇ ਹਨ ਤੇ ਕਈ ਨਿੱਜੀ ਮਿਲ ਮਾਲਕਾਂ ਨੇ ਵੀ 7 ਸਤੰਬਰ ਤੋਂ ਪਹਿਲਾਂ ਬਕਾਇਆ ਅਦਾਇਗੀ ਦੇਣ ਦੀ ਗੱਲ ਕਹੀ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ 7 ਸਤੰਬਰ ਤੱਕ ਗੰਨੇ ਦੇ ਬਕਾਇਆ ਕਲੀਅਰ ਕੀਤੇ ਜਾਂਦੇ ਹਨ ਤਾਂ ਸਰਕਾਰ ਗੰਨੇ ਦੇ ਭਾਅ ਨੂੰ ਲੈ ਕੇ ਕੋਈ ਫੈਸਲਾ ਕਰਦੀ ਹੈ ਤਾਂ ਅੰਦੋਲਨ ਬੰਦ ਕਰ ਦਿਆ ਜਾਵੇਗਾ ਨਹੀਂ ਤਾਂ 7 ਸਤੰਬਰ ਤੋਂ ਬਾਅਦ ਕਿਸਾਨ ਫਿਰ ਤੋਂ ਸੜਕਾਂ ਤੇ ਉਤਰਨਗੇ ਤੇ ਚੱਕਾ ਜਾਮ ਕਰਨਗੇ ਤੇ ਉਹਨਾਂ ਨੇ ਅਨੁਸਾਰ ਉਹ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਧਰਨਾ ਸੜਕਾਂ ਤੇ ਦੇਣਗੇ